ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਸਟਾ ਡਿਜੀਟਲ ਪੰਜਾਬ ਵਿੱਚ ਜਿਸ ਵਿੱਚ ਤੁਸੀਂ ਰੋਜ਼ਾਨਾ ਨਿਤ ਨਵੀਨਾਨ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਲਾਲ ਰੰਗ ਦਾ ਬਟਨ ਦਬਾ ਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਹੀ ਬੈਲ ਦਾ ਬਟਨ ਵੀ ਦਬਾ ਲਓ ਤਾਂ ਜੋ ਨਿਤ ਦਿਨ ਨਵੀਆਂ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਆਓ ਜਾਣਦੇ ਹਾਂ ਅੱਜ ਕੀ ਅਪਡੇਟ ਆਈ ਹੈ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ 1 ਜੁਲਾਈ 2022 ਦਾ ਦਿਨ ਪੰਜਾਬ ਦੇ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਊਗਾ ਕਿਉਂਕਿ ਪਿਛਲੇ ਸਾਲ 1 ਜੁਲਾਈ ਨੂੰ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਕਿ ਇੱਕ ਸਾਲ ਨਿਰਬਿਗਨ ਪੂਰਾ ਹੋ ਗਿਆ। ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ। ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ, 8 ਘੰਟੇ ਵੀ ਟੁੱਟ-ਟੁੱਟ ਕੇ ਆਉਂਦੀ ਸੀ। 2 ਘੰਟੇ ਆ ਗਈ, ਘੰਟਾ ਚਲੀ ਗਈ, ਫਿਰ 2 ਘੰਟੇ ਆ ਗਈ। 2 ਘੰਟੇ ਚੱਲੇਗੀ ਉਹ ਵੀ ਹੁਣ 10 10 12 12 14 14 ਘੰਟੇ ਨਿਰਬਿਗਨ ਚੱਲ ਰਹੀ ਹੈ ਹਰ ਰੋਜ਼ ਨਵੀਆਂ-ਨਵੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਅਸੀਂ ਟਿਊਬਲ ਬੰਦ ਕਰਕੇ ਝੋਨਾ ਲਾ ਰਹੇ ਹਾਂ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਅਸੀਂ ਬਿਜਲੀ ਬੋਰਡ ਨੂੰ ਘਾਟੇ ਦੇ ਵਿੱਚ ਵੀ ਜਾਣ ਨਹੀਂ ਦਿੱਤਾ ਹਾਲਾਂਕਿ ਅਕਾਲੀ ਤੇ ਕਾਂਗਰਸ ਸਰਕਾਰ ਵੇਲੇ ਬਿਜਲੀ ਬੋਰਡ ਦੀਆਂ ਦੇਣਦਾਰੀਆਂ ਬਹੁਤ ਸੀ ਅਸੀਂ ਉਹ ਵੀ ਜਿਹੜੀਆਂ ਦੇਣਦਾਰੀਆਂ ਨੇ ਜੋ ਸਾਨੂੰ ਉਹ ਵਿਰਸੇ ਚ ਛੱਡ ਕੇ ਗਏ ਨੇ ਅਸੀਂ ਉਹ ਵੀ ਬਿਜਲੀ ਬੋਰਡ ਨੂੰ ਪੇ ਕਰ ਰਹੇ ਹਾਂ 9000 20 ਕਰੋੜ ਦੀ ਜਿਹੜੀ ਸਬਸਿਡੀ ਦੀ ਜਿਹੜਾ ਪੈਸਾ ਪਿਛਲੀਆਂ ਸਰਕਾਰਾਂ ਦਾ ਰਹਿੰਦਾ ਸੀ ਉਹਦੀਆਂ ਅਸੀਂ ਕਿਸ਼ਤਾਂ ਕਰ ਲਈਆਂ ਵਿਆਸ ਸਮੇਤ 1804 ਕਰੋੜ ਦੀ ਪਹਿਲੀ ਕਿਸ਼ਤ ਵੀ ਅਸੀਂ ਬਿਜਲੀ ਬੋਰਡ ਨੂੰ ਦੇਤੀ ਤੇ ਜਿਹੜਾ ਘਰੇਲੂ ਖਪਤਕਾਰਾਂ ਦਾ ਤੇ ਬਾਕੀ ਸਬਸਿਡੀ ਜਿਹੜੀ ਹੈ ਉਹਦਾ ਜਿਹੜਾ ਪੈਸਾ ਬਣਦਾ ਸੀ 20200 ਕਰੋੜ ਉਹ ਵੀ ਅਸੀਂ ਬਿਜਲੀ ਬੋਰਡ ਨੂੰ ਦੇ ਚੁੱਕੇ ਹਾਂ ਭੁਗਤਾਨ ਕਰ ਚੁੱਕੇ ਹਾਂ ਸੋ ਅਸੀਂ ਕਰਜ਼ਾ ਲੈ ਕੇ ਨਹੀਂ ਕੋਈ ਕੰਮ ਕਰ ਰਹੇ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਅਕਸਰ ਇੰਡਸਟਰੀ ਲਈ ਫਰਮਾਨ ਜਾਰੀ ਹੋ ਜਾਂਦੇ ਸੀ ਇਹਨਾਂ ਮਹੀਨਿਆਂ 'ਚ ਖਾਸ ਤੌਰ ਤੇ ਮਈ ਜੂਨ ਜੁਲਾਈ ਕਿ ਜੀ ਅਸੀਂ ਬਿਜਲੀ ਖੇਤੀ ਸੈਕਟਰ ਨੂੰ ਦੇਣੀ ਹੈ ਇਸ ਕਰਕੇ ਹਫਤੇ ਚੋਂ ਮੰਗਲਵਾਰ ਵੀਰਵਾਰ ਤੇ ਸ਼ੁੱਕਰਵਾਰ ਤੁਸੀਂ ਬੰਦ ਰੱਖੋ ਫੈਕਟਰੀਆਂ ਆਪਣੀਆਂ ਇਸ ਤਰ੍ਹਾਂ ਦਾ ਵੀ ਕੋਈ ਫਰਮਾਨ ਨਹੀਂ ਜਾਰੀ ਹੋਇਆ ਫੈਕਟਰੀਆਂ ਵੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਫੈਕਟਰੀਆਂ ਨੂੰ ਵੀ ਜਿੰਨੀ ਸਬਸਿਡੀ ਅਸੀਂ ਦੇ ਰਹੇ ਹਾਂ ਉਹਦਾ ਪੈਸਾ ਵੀ ਜਿਹੜਾ ਅਸੀਂ ਬਿਜਲੀ ਬੋਰ ਨੂੰ ਦੇ ਚੁੱਕੇ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਝਾਰਖੰਡ ਦੇ ਵਿੱਚ ਪਛਵਾੜਾ ਕੋਲ ਮਾਈਨ ਜਿਹੜੀ ਕੋਲੇ ਦੀ ਖਾਨ ਸੀ ਪੰਜਾਬ ਦੀ 2015 ਤੋਂ ਬੰਦ ਪਈ ਸੀ ਕਮਿਸ਼ਨ ਦੇ ਚੱਕਰਾਂ 'ਚ ਕਿ ਇਹਨੂੰ ਬੰਦ ਰੱਖੋ ਪ੍ਰਾਈਵੇਟ ਵਾਲਿਆਂ ਤੋਂ ਕੋਲਾ ਮਹਿੰਗਾ ਲਵਾਂਗੇ ਉਹ ਚਾਪਾ ਨੂੰ ਕਮਿਸ਼ਨ ਮਿਲੂਗਾ ਤੇ ਮਹਿੰਗੀ ਬਿਜਲੀ ਮਿਲਦੀ ਸੀ ਫਿਰ ਅਸੀਂ ਉਹ ਕੋਲੇ ਦੀ ਖਾਨ ਚਲਾ ਲਈ ਤਾਂ ਕੋਲੇ ਦੀ ਖਾਨ ਚੱਲਣ ਨਾਲ ਸਾਡੇ ਕੋਲ ਇੰਨਾ ਕੋਲਾ ਹੋ ਗਿਆ ਇਸ ਵਕਤ ਜਿਸ ਵਕਤ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 43 ਦਿਨ ਦਾ ਕੋਲਾ ਜਿਹੜਾ ਉਹ ਸਾਡੇ ਕੋਲ ਸਟਾਕ 'ਚ ਪਿਆ ਹੈ ਪਹਿਲਾਂ ਐਦਾਂ ਕਦੇ ਨਹੀਂ ਹੋਇਆ ਸੀ ਸੋ ਕੋਲੇ ਵਾਲੇ ਪਾਸਿਓਂ ਵੀ ਅਸੀਂ ਜਿਹੜਾ ਸਰਪਲਸ ਹੋ ਗਿਆ ਪਹਿਲਾਂ ਆਮ ਤੌਰ ਤੇ ਖਬਰਾਂ ਆਉਂਦੀਆਂ ਸੀ 5 ਘੰਟਿਆਂ ਦਾ ਕੋਲਾ ਬਚਿਆ ਜੀ 6 ਘੰਟਿਆਂ ਦਾ ਕੋਲਾ ਬਚਿਆ ਜੀ ਇਹ ਖਬਰਾਂ ਆਉਣੀ ਹੁਣ ਬੰਦ ਹੋ ਗਈਆਂ ਅਸੀਂ ਸੋਲਰ એનર્ਜੀ ਵੱਲ ਵੀ ਬਹੁਤ ਜਾ ਰਹੇ ਹਾਂ ਐਪਰੀਸ਼ੀਏਟ ਕਰ ਰਹੇ ਹਾਂ ਉਹਨੂੰ ਜਿਹੜਾ ਸੋਲਰ એનર્ਜੀ ਨੂੰ ਵਧਾਉਣ ਵਾਸਤੇ ਅਸੀਂ ਬਹੁਤ ਸਾਰੀਆਂ ਆਉਣ ਵਾਲੇ ਦਿਨਾਂ 'ਚ ਸਕੀਮਾਂ ਵੀ ਤੇ ਬੇਰਵੇ ਵੀ ਜਿਹੜੇ ਉਹ ਜਾਰੀ ਕਰਾਂਗੇ ਅਸੀਂ ਗ੍ਰੀਨ એનર્ਜੀ ਵੱਲ ਵੀ ਵਧ ਰਹੇ ਹਾਂ ਪੰਜਾਬ ਨੂੰ ਬਿਜਲੀ ਦਾ ਇੱਕ ਸਰਪਲਸ ਸੂਬਾ ਬਣਾਵਾਂਗੇ ਇਥੋਂ ਤੱਕ ਕਿ ਆਮ ਤੌਰ ਤੇ ਹੁੰਦਾ ਸੀ ਕਿ ਸਰਕਾਰਾਂ ਹੁੰਦੀਆਂ ਸੀ ਤਾਂ ਸਰਕਾਰੀ ਉਦਾਰਿਆਂ ਨੂੰ ਘਾਟੇ 'ਚ ਸ਼ੋਅ ਕਰਕੇ ਆਪਣੇ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਸੀ ਭਾਵੇਂ ਉਹ ਨਹਿਰੀ ਰੈਸਟ ਹਾਊਸ ਹੋਣ ਭਾਵੇਂ ਕੋਈ ਹੋਰ ਜਿਹੜੀਆਂ ادارے ਨੇ ਸਰਕਾਰ ਦੇ ਉਹਨੂੰ ਪ੍ਰਾਈਵੇਟ ਕਰ ਦਿੰਦੇ ਸੀ ਨਿੱਜੀ ਕਰਨ ਕਰ ਦਿੰਦੇ ਸੀ ਅਸੀਂ ਉਲਟਾ ਕਰ ਰਹੇ ਹਾਂ ਅਸੀਂ ਇੱਕ ਪ੍ਰਾਈਵੇਟ ਥਰਮਲ ਪਲੈਂਟ ਜੋ ਘਾਟੇ 'ਚ ਉਹਨੂੰ ਖਰੀਦ ਰਹੀ ਹੈ ਪੰਜਾਬ ਸਰਕਾਰ ਕਿ ਅਸੀਂ ਚਲਾ ਕੇ ਦਿਖਾਵਾਂਗੇ ਕਿਉਂਕਿ ਸਾਡੇ ਕੋਲੇ ਕੋਲਾ ਹੈਗਾ ਤਾਂ ਅਸੀਂ ਉਸ ਥਰਮਲ ਪਲਾਂਟ ਨੂੰ ਚਲਾ ਸਕਦੇ ਹਾਂ ਤੇ ਸਾਨੂੰ ਸਸਤੀ ਬਿਜਲੀ ਜਿੰਨੇ ਦਾ ਉਹਦੇ ਨਾਲ ਐਗਰੀਮੈਂਟ ਹੋਇਆ ਹੋਇਆ ਸੀ ਪਹਿਲਾਂ ਉਹਦੇ ਨਾਲੋਂ ਕਿਤੇ ਸਸਤੀ ਬਿਜਲੀ ਅਸੀਂ ਪੈਦਾ ਕਰਾਂਗੇ ਪੰਜਾਬ 'ਚ ਸੋ ਮੈਂ ਇੱਕ ਵਾਰੀ ਫੇਰ ਸਾਰੇ ਜਿੰਨੇ ਵੀ ਪੰਜਾਬੀ ਨੇ ਜਿਨ੍ਹਾਂ ਨੂੰ ਜਿਹੜਾ ਜ਼ੀਰੋ ਬਿਲ ਆਉਂਦਾ ਹੈ ਮੈਨਾਂ ਨੂੰ ਵਧਾਈਆਂ ਦਿਨਾ ਐਸੀ ਤਰ੍ਹਾਂ ਰਹੂਗਾ 1 ਸਾਲ ਹੋ ਗਿਆ ਅਸੀਂ ਗਰੰਟੀ ਦਿੱਤੀ ਸੀ ਅਰਵਿੰਦ ਕੇਜਰੀਵਾਲ ਜੀ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਚੋਣਾਂ ਵੇਲੇ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ ਤੇ ਉਹ ਗਰੰਟੀ ਅਸੀਂ ਮਾਰਚ ਦੇ ਵਿੱਚ ਸਰਕਾਰ ਬਣੀ ਐ ਅਪ੍ਰੈਲ ਮਈ ਦੇ ਵਿੱਚ ਅਸੀਂ ਸਾਰਾ ਕਾਗਜ਼ੀ ਕਾਰਜ ਪੂਰੀ ਕਰਕੇ ਜੂਨ ਚ ਤਾਂ ਜੁਲਾਈ ਤੋਂ 1 ਜੁਲਾਈ ਤੋਂ ਅਸੀਂ ਫ੍ਰੀ ਕਰਤਾ ਸੀ ਸੋ ਅੱਜ 2 ਜੁਲਾਈ ਐ 1 ਸਾਲ ਹੋ ਗਿਆ ਐਸੀ ਤਰਹੀ ਰਹੂਗੀ ਬਿਜਲੀ ਜਿਹੜੀ ਫ੍ਰੀ ਐ ਔਰ ਇਹਦੇ ਵਿੱਚ ਕੋਈ ਅਸੀਂ ਕੋਈ ਬੀਪੀਐਲ ਕਾਰਡ ਜਾਂ ਕੋਈ ਨੀਲਾ ਕਾਰਡ ਜਾਂ ਕੋਈ ਏਦਾਂ ਦਾ ਵੀ ਕੋਈ ਅਸੀ ਸ਼ਰਤ ਨਹੀਂ ਰੱਖੀ ਜਿਹੜੇ ਘਰ ਚ ਵੀ 600 ਜੁਨਟ ਤੋਂ ਥੱਲੇ ਮੀਟਰ ਦੀ ਰੀਡਿੰਗ ਹੈ 2 ਮਹੀਨਿਆਂ ਦੀ ਉਹਨਾਂ ਨੂੰ ਜ਼ੀਰੋ ਬਿਲ ਆਉਂਦਾ ਤੇ ਤੁਹਾਨੂੰ ਬਹੁਤ ਸਾਰਿਆਂ ਨੂੰ ਜਿਹੜੇ ਵੀਡੀਓ ਦੇਖ ਰਹੇ ਨੇ ਆਉਂਦਾ ਵੀ ਹੋਊਗਾ ਸੋ ਪੰਜਾਬ ਜਿਹੜਾ ਉਹ ਰੰਗਲਾ ਬਣਾਉਣਾ ਤੇ ਰੰਗਲੇ ਪੰਜਾਬ ਦੀ ਜਿਹੜੀ ਟੀਮ ਹੈ ਸਾਡੀ ਉਹਦੇ ਵਿੱਚ ਤੁਸੀਂ ਵੀ ਹਿੱਸਾ ਹੋ ਤੇ ਸਾਡਾ ਸਹਿਯੋਗ ਕਰੋ ਯੋਗਦਾਨ ਦਿਓ ਤੇ ਆਪਾਂ ਇਸੇ ਤਰ੍ਹਾਂ ਜਿਹੜਾ ਪੰਜਾਬ ਨੂੰ ਸ਼ਿਖਰਾਂਵਲ ਨੂੰ ਲੈ ਕੇ ਜਾਣਾ ਤੇ ਨਹਿਰੀ ਪਾਣੀ ਵੀ ਖੇਤਾਂ ਤੱਕ ਪਹੁੰਚ ਰਿਹਾ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਨੇ ਟਿਊਬਵਲ 14 ਲੱਖ ਤੋਂ ਉੱਪਰ ਟਿਊਬਵਲ ਹੈ ਕੋਸ਼ਿਸ਼ ਕਰਾਂਗੇ ਜੇ ਨਹਿਰੀ ਪਾਣੀ ਉੱਥੇ ਤੱਕ ਪਹੁੰਚ ਜੇ ਤਾਂ ਟਿਊਬਵਲ ਜਿਹੜੇ ਨੇ ਉਹਨਾਂ ਨੂੰ ਚਲਾਉਣ ਦੀ ਲੋੜ ਘੱਟ ਪਵੇ ਸੋ ਇਸ ਕਰਕੇ ਪੰਜਾਬ ਨੂੰ ਅਸੀਂ ਬਿਜਲੀ ਸਰਪਲਸ ਬਣਾਵਾਂਗੇ ਸੋਲਰ ਵਾਲੇ ਪਾਸਿਓਂ ਵੀ ਗ੍ਰੀਨ એનર્ਜੀ ਵਾਲੇ ਪਾਸਿਓਂ ਵੀ ਤੇ ਹਾਈਡਰੋ ਪ੍ਰੋਜੈਕਟ ਵੀ ਇੱਕ ਥਰਮਲ ਇੱਕ ਅਸੀਂ ਡੈਮ ਬਣਾ ਰਹੇ ਹਾਂ ਆਪਣਾ ਰੰਜੀਤ ਸਾਗਰ ਡੈਮ ਦੇ ਨੇੜੇ ਧਾਰਕਲਾਂ ਦੇ ਵਿੱਚ ਇੱਕ ਡੈਮ ਬਣਾ ਰਹੇ ਹਾਂ ਉਹਦੇ ਨਾਲ ਬਿਜਲੀ ਵੀ ਪੈਦਾ ਹੋਊਗੀ ਤੇ ਸਾਡਾ ਜਿਹੜਾ ਪਾਣੀ ਇਧਰ ਉਧਰ ਲੀਕ ਹੁੰਦਾ ਸੀ ਰਾਵੀ ਦੇ ذریعے ਉਹ ਵੀ ਜਿਹੜਾ ਹੈ ਸਾਡੇ ਪੰਜਾਬ ਦੀਆਂ ਨਹਿਰਾਂ 'ਚ ਆਊਗਾ ਸੋ ਮੈਨੂੰ ਉਮੀਦ ਹੈ ਕਿ ਪੰਜਾਬ ਫਿਰ ਦੁਬਾਰੇ ਅਸੀਂ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਤਾਂ ਉਹਦੇ ਜੇ ਦਰਿਆ ਤਾਂ ਭਾਵੇਂ ਸਾਡੇ ਕੋਲੇ ਨਹੀਂ ਰਹੇ ਪੰਜ ਪਰ ਅਸੀ ਘਟੂ ਘਟਾ ਇੰਨਾ ਪਾਣੀ ਹੋਵੇ ਸਾਡੇ ਕੋਲੇ ਕਿ ਸੂਬਾ ਜਿਹੜਾ ਉਹ ਆਪਣਾ ਨਾਮ ਜਿਹੜਾ ਉਹ ਜਸਟੀਫਾਈ ਕਰ ਸਕੇ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ ਏਸੀ ਹੋਣ ਤੱਕ ਦੀ ਅਪਡੇਟ ਜਲਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ